ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। ਅੱਜ ਕੱਲ੍ਹ ਇੱਕ ਪਾਸੇ ਜਿੱਥੇ ਕਰੋਨਾ ਮਹਾਮਾਰੀ ਚੱਲ ਰਹੀ ਹੈ ਤਾਂ ਦੂਜੇ ਪਾਸੇ ਪੁਲਿਸ ਨੇ ਸਖਤਾਈ ਵੀ ਕੀਤੀ ਹੋਈ ਹੈ ਲੋਕਡਾਊਨ ਨੂੰ ਲੈ ਕੇ ਜਾਂ ਕਰਫਿਊ ਨੂੰ ਲੈ ਕੇ। ਪਰ ਇਸ ਨੂੰ ਲੈ ਕੇ ਹੀ ਇੱਕ ਪਾਸੇ ਚੋਰਾਂ ਦੇ ਹੌਸਲੇ ਵੀ ਬੁਲੰਦ ਹੁੰਦੇ ਜਾ ਰਹੇ ਨੇ। ਘਟਨਾ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਵਾਂ ਗਰਾਉਂ ਦੀ, ਜਿੱਥੇ ਕਿ ਬੀਤੀ ਦਿਨਾਂ ਵਿੱਚ ਦੋ ਦੁਕਾਨਾਂ ਦੇ ਵਿੱਚ ਜਿਹੜੀ ਚੋਰੀ ਹੁੰਦੀ ਹੈ। ਪਹਿਲੀ ਚੋਰੀ ਦੱਸਿਆ ਜਾਂਦਾ ਕਿ MI ਸ਼ੋਰੂਮ ਅਤੇ ਨਾਲ ਦੀ ਨਾਲ ਕਰਿਆਨੇ ਦੀ ਦੁਕਾਨ ਜਿਹੜੀ ਹੋਲਸੇਲ ਦੁਕਾਨ ਹੈ ਉਸ ਦੇ ਵਿੱਚ ਚੋਰੀ ਹੁੰਦੀ ਹੈ। ਅਤੇ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਨੇ ਕਿ ਦੋਨਾਂ ਦੁਕਾਨਾਂ ਨੂੰ ਇਕੱਠੇ ਹੀ ਜਿਹੜਾ ਨਿਸ਼ਾਨਾ ਬਣਾਇਆ ਅਤੇ ਉਸ ਦੇ ਵਿੱਚੋਂ ਕਿਹੜਾ ਕਿਹੜਾ ਸਮਾਨ ਚੋਰੀ ਕੀਤਾ ਉਹ ਦੁਕਾਨਾਂ ਦੇ ਅੰਦਰ ਚੱਲਦੇ ਹਾਂ। ਜੋ ਇੱਥੋਂ ਦੇ ਓਨਰ ਨੇ ਦੁਕਾਨਾਂ ਦੇ ਉਹਨਾਂ ਤੋਂ ਪੁੱਛਦੇ ਹਾਂ ਕਿ ਪੂਰੀ ਵਾਰਦਾਤ ਹੋਈ ਕੀ ਹੈ। ਜਿਸ ਸ਼ੋਰੂਮ ਦੇ ਵਿੱਚ ਚੋਰੀ ਹੋਈ ਹੈ ਉਸ ਦੇ ਅੰਦਰ ਆ ਗਏ ਹਾਂ। ਇੱਥੋਂ ਦੇ ਓਨਰ ਨੇ ਜਿਹੜੇ ਗੱਲਬਾਤ ਕਰਦੇ ਹਾਂ, ਸਰ ਜਿਹੜੀ ਚੋਰੀ ਹੋਈ ਹੈ ਤੁਹਾਡੇ ਇੱਥੇ, ਕਦੋਂ ਪਤਾ ਲੱਗਿਆ ਤੁਹਾਨੂੰ ਕਿ ਤੁਹਾਡੇ 'ਤੇ ਚੋਰੀ ਹੋ ਗਈ? ਸਰ ਮੈਨੂੰ ਸਵੇਰੇ ਪਤਾ ਲੱਗਾ ਤਾਂ 7 ਵਜੇ ਇਹ ਆਪਣਾ ਸ਼ਾਮ ਟ੍ਰੇਡ ਦਾ ਲੜਕਾ ਹੈ ਵਿਵੇਕ, ਉਹਨੇ ਫੋਨ ਕਰਕੇ ਬਤਾਇਆ ਤਾ ਮੈਨੂੰ। ਅੱਛਾ, ਕਿਆ ਕਿਆ ਲੈ ਕੇ ਗਏ ਹਾਂ ਚੋਰ ਯਹਾਂ ਸੇ ਜਾਂ ਫਿਰ ਕਹਾਂ ਸੇ ਐਂਟਰ ਹੋਏ ਹੈ? ਉਹ ਉੱਪਰ ਸੇ ਛੱਤ ਪਟਕੇ ਨਾ ਉੱਪਰ ਸੇ ਅੰਦਰ ਐਂਟਰ ਹੋਏ ਹੈ, ਔਰ ਅਭੀ ਸਮਾਨ ਕਾ ਐਸਟੀਮੇਟ ਲਗਾ ਰਹਾ ਹੂੰ ਕਿ ਕਿਤਨਾ ਨੁਕਸਾਨ ਹੋਇਆ, ਅਭੀ ਕੁਛ ਜ਼ਿਆਦਾ ਪਤਾ ਨਹੀਂ ਲੱਗ ਪਾਇਆ ਕਿਉਂਕਿ ਸਾਰਾ ਨੈਟਵਰਕ ਸਾਰਾ ਉਹਨੇ ਕਾਟਾ ਹੋਇਆ। ਅੱਛਾ, ਜਾਂ ਕੋਈ CCTV ਫੁਟੇਜ ਕਿਉਂਕਿ ਕੈਮਰੇ ਲੱਗੇ ਹੋਏ ਯਹਾਂ ਪੇ? ਕੈਮਰੇ ਲੱਗੇ ਹੋਏ ਤਾਂ ਉਹਨਾਂ ਨੇ ਸਭ ਸੇ ਪਹਿਲੇ ਵਹੀ ਬੰਦ ਕਰ ਦੀ ਹੈ। ਉਸਕੇ ਬਾਅਦ ਮੈਂ ਪੁਲਿਸ ਕੋ ਫਿਰ ਆਪਣੇ ਬੁਲਾਇਆ ਜਾਂ ਫਿਰ ਯਹਾਂ ਕੇ ਲੋਗੋਂ ਨੇ ਬੁਲਾਇਆ? ਨਹੀਂ, ਹਮਨੇ ਇਨਫੋਰਮ ਕੀਆ ਥਾ ਸੁਬਹ ਜਾ ਕੇ ਪੁਲਿਸ ਕੋ ਇਨਫੋਰਮ ਕੀਆ। SHO ਸਾਹਿਬ ਨੇ ਕਾਰਵਾਈ ਕੀ ਹੈ ਕਾਫੀ ਅੱਛੀ ਨਾ, ਔਰ ਸ਼ਾਇਦ ਉਨਕੋ ਕੁਛ ਪਤਾ ਵੀ ਲਗਾ ਹੈ, ਉਹ ਕਹਿ ਰਹੇ ਕਿ 2 ਦਿਨ ਤੱਕ ਕਰ ਦੇਂਗੇ ਕੇਸ। ਅੱਛਾ, ਮੇਨ ਸਮਾਨ ਆਪਕਾ ਕਿਆ ਕਿਆ ਲੈ ਕੇ ਗਏ ਹਾਂ ਜੋ ਆਪਕੇ ਸਾਹਮਣੇ ਬਿਲਕੁਲ ਆਪਕੇ ਗਾਇਬ ਹੋ ਗਿਆ ਹੋਗਾ ਕਿ ਚੋਰੋਂ ਨੇ ਲੈ ਗਏ ਹਾਂ ਮੇਨ ਸਮਾਨ? ਚਲੋ ਮੇਨ ਐਸਟੀਮੇਟ ਤਾਂ ਆਪ ਲਗਾ ਰਹੇ ਹੋ, ਪਰ ਲੇਕਿਨ ਜੋ ਮੇਨ ਸਾਹਮਣੇ ਹੁੰਦਾ ਕਿ ਸਮਾਨ ਪੜਾ ਥਾ ਕਿ ਮੇਰਾ ਇਤਨਾ ਜ਼ਿਆਦਾ ਐਸੈਸਰੀ ਕਾ ਹੀ ਨੁਕਸਾਨ ਹੈ ਜੋ ਫਸਟ ਫਲੋਰ ਪੇ ਥੀ। ਨੀਚੇ ਉਹਨਾਂ ਨੇ ਕੁਝ ਜ਼ਿਆਦਾ ਇਤਨਾ ਨੁਕਸਾਨ ਮੈਨੂੰ ਨਹੀਂ ਲੱਗ ਰਿਹਾ ਕਿ ਹੋਇਆ ਹੈ, ਬਾਕੀ ਅਭੀ ਸੋਫਟਵੇਅਰ ਮੈਂ ਦੇਖ ਕੇ ਨਾ ਸਟੋਕ ਮੈਂ ਦੇਖ ਕੇ ਹੀ ਪਤਾ ਲੱਗਿਆ ਕਿਆ ਨੁਕਸਾਨ। ਦੀਵਾਰ ਤੋੜੀ ਹੈ ਜਾਂ ਫਿਰ ਕੋਈ ਜੈਸੇ ਕੋਈ ਗੇਟ ਹੈ ਉਸਕਾ ਤਾਲਾ ਤੂਲਾ ਤੋੜਾ ਹੈ? ਗੇਟ 2 ਲੋਕ ਤੋੜੇ ਹੈ ਉਹਨਾਂ ਨੇ, ਔਰ ਉੱਪਰ ਸੇ ਛੱਤ ਪਟ ਕੇ ਆਏ ਹੈ। ਅੱਛਾ, ਦੀਵਾਰ ਵੀ ਤੋੜੀ ਹੈ? ਉੱਪਰ ਸੇ ਜੋ ਛੱਤ ਹੈ ਉਹ ਤੋੜ ਕੇ ਆਏ। ਔਰ ਕੋਈ ਜੈਸੇ ਕੋਈ ਸਮਾਨ ਆਪਕਾ ਜੈਸੇ ਫੋਨ ਵਗੈਰਾ ਕੋਈ ਔਰ ਜਾਂ ਰਿਪੇਅਰ ਕੇ ਲਈ ਆਏ ਹੋ ਉਹ ਫੋਨ ਚੋਰੀ ਕਰ ਲਈ ਹੋ ਜਾਂ ਕੋਈ ਜੈਸੇ AC ਲਗੇ ਹੋਤੇ ਹੈ ਜਾਂ ਉਹ ਚੋਰੀ ਕੀਆ? ਨਹੀਂ, AC ਤਾਂ ਮੈਂ ਰੱਖਦਾ ਹੀ ਨਹੀਂ ਹੂੰ ਜੀ। TV ਮੇਰੇ ਸੇਫ ਹੈ, ਲੈਪਟੋਪ ਸੇਫ ਹੈ, ਜਹਾਂ ਤੱਕ ਆਈਡੀਆ ਬਸ ਅਸੈਸਰੀ ਔਰ ਥੋੜ੍ਹਾ ਬਹੁਤ ਰਿਪੇਅਰ ਕਾ ਸਮਾਨ ਸਮੂਨ ਵਹੀ ਗਾਇਬ। ਕਿਸੀ ਸਮਾਨ ਕਾ ਨੁਕਸਾਨ ਵੀ ਕਰਕੇ ਗਏ ਆਪਕਾ? ਬਸ ਕੈਮਰੇ ਤੋੜ ਗਏ ਹੈ ਸਾਰੇ, ਕੈਮਰੇ ਗੁੰਮ ਰਹੇ ਹੈ, ਬਾਕੀ ਦਰਵਾਜ਼ਾ ਤੋੜ ਗਏ ਹੈ, ਇਹ ਜੋ ਨੁਕਸਾਨ। ਲੈਪਟੋਪ ਤੋਂ ਨਹੀਂ ਤੋੜਾ? ਨਹੀਂ ਨਹੀਂ ਨਹੀਂ, ਐਸਾ ਕੁਛ ਨਹੀਂ ਹੋ, ਨਹੀਂ ਨਹੀਂ ਅਭੀ ਐਸਾ ਕੁਛ ਲੱਗ ਨਹੀਂ ਰਿਹਾ ਕਿ ਐਸਾ ਕੋਈ ਨੁਕਸਾਨ ਹੋ। ਵੈਸੇ ਅੰਦਾਜ਼ਾ ਕਿਤਨੀ ਕੁ ਮਤਲਬ ਕਿਤਨਾ ਕੁ ਆਪਕਾ ਜਦੋਂ ਚੋਰੀ ਕਰਕੇ ਲੈ ਗਏ ਜਾਂ ਇੱਕ ਵੈਸੇ ਰਾਊਂਡ ਫਿਗਰ ਕਿਤਨਾ? ਆਈਡੀਆ 1.5-2 ਲੱਖ ਰੁਪਏ ਕੇ ਜਾਂ 1-1.5 ਲੱਖ ਰੁਪਏ ਕਰੀਬ ਆਈਡੀਆ ਮੈਨੂੰ। ਹਾਂ, ਬਸ ਇਤਨਾ ਹੀ ਨੁਕਸਾਨ ਲੱਗ ਰਿਹਾ ਮੈਨੂੰ, ਕੁਛ ਜ਼ਿਆਦਾ। ਹਾਂ ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ 1.5-2 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਚੋਰੀ ਕਰਕੇ ਚੋਰ ਲੈ ਗਏ ਨੇ, ਤਾਂ ਵੱਡੀ ਗੱਲ ਹੈ। ਜਿੱਥੇ ਕਿ ਨਵਾਂ ਗਰਾਉਂਡ ਦੇ ਵਿੱਚ 1.25 ਲੱਖ ਤੋਂ ਵੱਧ ਲੋਕ ਰਹਿੰਦੇ ਨੇ, ਮੇਨ ਬਾਜ਼ਾਰ ਦੇ ਵਿੱਚ ਇਹਨਾਂ ਦੀ ਦੁਕਾਨ ਹੈ, ਜਿੱਥੇ ਕਿ ਇੱਕ ਛੱਡ 2 ਦੁਕਾਨਾਂ ਨੂੰ ਜਿਹੜਾ ਚੋਰਾਂ ਨੇ ਨਿਸ਼ਾਨੇ ਬਣਾਇਆ। ਤੁਹਾਨੂੰ ਤਸਵੀਰਾਂ ਉਹ ਦਿਖਾਉਂਦੇ ਹਾਂ ਕਿ ਜਿੱਥੋਂ ਦੱਸਿਆ ਜਾ ਰਿਹਾ ਹੈ ਕਿ ਓਨਰ ਦੇ ਕਹਿਣ ਦੇ ਮੁਤਾਬਕ ਜਿਹੜੇ ਚੋਰ ਨੇ ਉੱਪਰੋਂ ਜਿਹੜਾ ਦੀਵਾਰ ਦੇ ਜਿਹੜੇ ਗੱਲ ਕਰੀਏ ਤੋੜ ਕੇ ਵੀ ਨਾਲ ਦੀ ਨਾਲ ਤਾਲੇ ਜਿਹੜੇ ਉਸ ਜਿਹੜਾ ਦਰਵਾਜ਼ੇ ਲੱਗੇ ਹੋਏ ਸੀ ਉਹਨਾਂ ਨੇ ਤਾਲੇ ਤੋੜੇ, ਦੂਜੇ ਪਾਸੇ ਜੇ ਗੱਲ ਕਰੀਏ ਦੀਵਾਰ ਵੀ ਤੋੜਨ ਦੀਆਂ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੋਂ ਜਿਹੜੇ ਚੋਰ ਉਸ ਪੌੜੀ ਤੋਂ ਉੱਪਰ ਤੋਂ ਆਏ ਨੇ, ਤਾਂ ਉਹ ਸਾਹਮਣੇ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਪਹਿਲਾਂ ਉਸਦਾ ਵੀ ਤਾਲਾ ਤੋੜਿਆ ਨਾਲ ਦੀ ਨਾਲ, ਉਹਨੇ ਦੱਸਿਆ ਕਿ ਨਾਲ ਦੀ ਜਿਹੜੀ ਦੀਵਾਰ ਹੈ ਉਹ ਵੀ ਤੋੜੀ ਗਈ ਹੈ। ਅਤੇ ਦੂਜੇ ਪਾਸੇ ਜਦੋਂ ਨੀਚੇ ਚੋਰ ਇਸ ਪੌੜੀ ਨੂੰ ਨੀਚੇ ਉਤਰ ਕੇ ਆਉਂਦੇ ਨੇ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇੱਥੇ CCTV ਫੁਟੇਜ ਜਿਹੜੀ LED ਜਿਹੜੀ ਇੱਥੇ ਪਈ ਹੈ, ਪਹਿਲਾਂ ਉਹਨਾਂ ਨੇ ਇਹਨਾਂ ਨੂੰ ਬੰਦ ਕੀਤਾ, CCTV ਫੁਟੇਜ ਦੱਸਿਆ ਜਾ ਰਿਹਾ ਕਿ ਬੰਦ ਕੀਤੇ। ਉਸ ਤੋਂ ਬਾਅਦ ਜਾ ਕੇ ਜਿਹੜੇ ਤੁਹਾਨੂੰ ਦਿਖਾ ਦਿੰਦੇ ਹਾਂ ਕਾਊਂਟਰ ਦੇ ਵਿੱਚ ਗੱਲੇ ਲੱਗੇ ਹੋਏ ਨੇ, ਇਹਨਾਂ ਨੂੰ ਚੈੱਕ ਕੀਤਾ। ਤਾਂ ਚੈੱਕ ਕਰਨ ਤੋਂ ਬਾਅਦ ਜੇ ਗੱਲ ਕਰੀਏ ਤਾਂ ਪਹਿਲਾਂ ਰਿਪੇਅਰ ਕਰਨ ਦਾ ਸਮਾਨ ਜਿਹੜਾ ਸਾਹਮਣੇ ਉਹਨਾਂ ਦਾ ਕਾਊਂਟਰ ਲੱਗਿਆ ਹੋਇਆ ਅਤੇ ਕਾਊਂਟਰ 'ਤੇ ਜਿਹੜਾ ਸਮਾਨ ਰਿਪੇਅਰ ਕਰਨ ਦਾ ਪਿਆ ਸੀ ਉਹ ਚੋਰੀ ਕੀਤਾ, ਤਾਂ ਵੱਡੀ ਗੱਲ ਹੈ। ਦੇਖੋ ਕਿ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਇੱਦਾਂ ਚੋਰੀ ਹੋਣੀ ਤਾਂ ਕਿਤੇ ਨਾ ਕਿਤੇ ਸਵਾਲ ਨਿਸ਼ਾਨ ਖੜ੍ਹੇ ਹੋ ਰਹੇ ਨੇ। ਇੱਕ ਪਾਸੇ ਕਰੋਨਾ ਨੂੰ ਲੈ ਕੇ ਸਖਤਾਈ ਕੀਤੀ ਹੋਈ ਹੈ, ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਇੱਦਾਂ ਦਾ ਮਾਮਲਾ ਸਾਹਮਣੇ ਆ ਰਿਹਾ। ਪਰ ਇਹ ਸਾਹਮਣੇ ਤੁਸੀਂ ਤਸਵੀਰਾਂ ਦੇਖੋ ਤਾਂ ਇੱਥੇ ਜਿਹੜਾ ਅਸੈਸਰੀ ਦਾ ਸਮਾਨ ਜਿਹੜਾ ਇਹਨਾਂ ਦਾ ਪਿਆ ਸੀ ਉਹ ਵੀ ਦੱਸਿਆ ਗਿਆ ਕਿ ਚੋਰੀ ਜਿਹੜਾ ਚੋਰ ਕਰਕੇ ਲੈ ਕੇ ਗਏ ਨੇ। ਵੱਡੀ ਗੱਲ ਹੈ ਕਿ ਤੁਸੀਂ ਦੇਖੋ ਕਿ 2 ਦੁਕਾਨਾਂ ਨੂੰ ਇੱਕ ਟਾਈਮ ਦੇ ਨਿਸ਼ਾਨਾ ਬਣਾਉਣਾ ਤਾਂ ਕਿਤੇ ਨਾ ਕਿਤੇ ਚੋਰਾਂ ਦੇ ਜਿਹੜੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ, ਤਾਂ ਇਸ ਨੂੰ ਲੈ ਕੇ ਹੁਣ ਪੁਲਿਸ ਵੀ ਸਖਤੀ ਦੇ ਵਿੱਚ ਹੈ ਅਤੇ ਇਸ ਦੇ ਬਾਅਦ ਦੂਜੇ ਦੁਕਾਨ ਦੇ ਵਿੱਚ ਵੀ ਜਾਵਾਂਗੇ ਕਿ ਉਹਨਾਂ ਦਾ ਵੀ ਕੀ ਸਮਾਨ ਚੋਰੀ ਹੋਇਆ। ਚੋਰਾਂ ਨੇ ਜਿਹੜੀ ਦੂਜੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਜੋ ਕਿ ਕਰਿਆਨੇ ਦੀ ਦੁਕਾਨ ਹੈ, ਹੋਲਸੇਲ ਦੀ ਦੁਕਾਨ ਦੱਸੀ ਜਾਂਦੀ ਹੈ,
ਗਏ ਨੇ ਜਾਂ ਕੀ ਕੀ ਨੁਕਸਾਨ ਕਰਕੇ ਗਏ ਨੇ। ਗੱਲਬਾਤ ਕਰਦੇ ਹਾਂ ਇੱਥੇ ਓਨਰ ਵੀ ਨਾਲ ਨੇ ਅਤੇ ਤੁਸੀਂ ਪਹਿਲਾਂ ਦੁਕਾਨ ਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਕਿ ਕਿਵੇਂ ਜਿਹੜਾ ਪੂਰਾ ਕਰਿਆਨੇ ਦਾ ਸਮਾਨ ਇੱਥੇ ਰੱਖਿਆ। ਹੋਲਸੇਲ ਦੀ ਦੁਕਾਨ ਜੇ ਗੱਲ ਕਰੀਏ ਤਾਂ ਮੰਨੀ ਜਾਂਦੀ ਹੈ ਕਿ ਜਿਹੜਾ ਨਵੇਂ ਗਰਾਉਂਦੀ ਮਸ਼ਹੂਰ ਦੁਕਾਨ ਹੈ ਜਿਹਨੂੰ ਕਿ ਚੋਰਾਂ ਨੇ ਨਿਸ਼ਾਨਾ ਬਣਾਇਆ। ਅਤੇ ਜੇ ਗੱਲ ਕਰੀਏ ਤਾਂ ਇੱਕ MI ਸ਼ੋਰੂਮ ਦੇ ਵਿੱਚ ਚੋਰੀ ਹੋਈ ਹੈ, ਦੂਜਾ ਤੁਹਾਡੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਅਤੇ ਚੋਰ ਆਏ ਕਿੱਥੋਂ ਨੇ? ਉਹਨਾਂ ਨੇ ਦੱਸਿਆ ਕਿ ਛੱਤ ਤੋਂ ਆਏ। ਤੁਹਾਡੇ ਵੱਲੋਂ ਕਿਹੜੇ ਪਾਸੇ ਤੋਂ ਆਏ? ਛੱਤ ਤੋਂ ਹੀ ਆਏ ਜੀ, ਪਹਿਲੇ ਮੇਰੀ ਦੁਕਾਨ 'ਤੇ ਆਏ, ਫਿਰ ਉਹਨਾਂ ਦੀ ਦੁਕਾਨ 'ਤੇ ਗਏ ਹਾਂ। ਅੱਛਾ, ਪਹਿਲਾਂ ਤੁਹਾਡੀ 'ਤੇ ਆਏ? ਹਾਂਜੀ। ਅਤੇ ਤੁਹਾਡਾ ਕੀ ਕੀ ਸਮਾਨ ਜਿਹੜਾ ਚੋਰੀ ਕਰਕੇ ਲੈ ਗਏ ਨੇ? ਕੈਸ਼ ਸੀਗਾ ਜੀ, ਕੈਸ਼ ਲੈ ਕੇ ਗਏ ਗੱਲੇ 'ਤੇ। ਕਿੰਨਾ ਕਿੰਨਾ? 20-25 ਹਜ਼ਾਰ ਰੁਪਏ ਹੋਣੇ ਜੀ ਲਗਭਗ। ਸਮਾਨ ਕੀ ਲੈ ਗਏ ਤੁਹਾਡਾ ਹੋਰ ਚੋਰੀ ਕਰਕੇ? ਚੋਕਲੇਟਾਂ ਲੈ ਗਏ ਜੀ। ਅੱਛਾ, ਨਾਲੇ ਡਰਾਈ ਫਰੂਟ ਲੈ ਗਏ ਆ, ਬਾਕੀ ਪਤਾ ਨਹੀਂ ਜੀ ਕਿਆ ਕੁਛ ਲੈ ਗਏ, ਆਈਟਮਾਂ ਬਹੁਤ ਹੁੰਦੀਆਂ ਸਾਡੇ ਕੋਲ। CCTV ਫੁਟੇਜ ਜੇ ਗੱਲ ਕਰੀਏ ਤਾਂ ਕੋਈ ਨਿਕਲੀ ਹੈ ਜਾਂ ਤੁਹਾਡੇ ਕੈਮਰੇ ਵਿੱਚ ਕੈਦ ਹੋਏ ਨੇ ਉਹ ਜਿਹੜੇ ਚੋਰ ਨੇ? ਕੈਮਰਾ ਪੱਟ ਕੇ ਲੈ ਗਏ ਜੀ, ਉਹ DVR ਲੈ ਕੇ ਪੱਟ ਕੇ। ਅੱਛਾ, ਹਾਂਜੀ। ਤਾਂ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਇੱਥੇ ਦੁਕਾਨ ਦੇ ਵਿੱਚ ਚੋਰੀ ਹੋ ਗਈ? ਜਦੋਂ ਤੁਹਾਨੂੰ ਤਲਾਕ ਕਰੂੰ ਫੋਨ ਆਇਆ ਸੀਗਾ ਜੀ ਇੱਕ ਮੁੰਡੇ ਦਾ। ਅੱਛਾ ਜੀ। ਕਹਿੰਦਾ ਰਾਤੀ 4 ਬੰਦੇ ਟੱਪੇ। ਅੱਛਾ, ਦੁਕਾਨ ਦੀ ਛੱਤੋਂ ਇੱਕ ਵਾਰੀ ਦੁਕਾਨ ਚੈੱਕ ਕਰ ਲਓ। ਅੱਛਾ, ਕਿਤੇ ਚੋਰੀ ਤਾਂ ਨਹੀਂ ਹੋਈ? ਓਕੇ, ਫਿਰ ਤਾਂ ਪਤਾ ਲੱਗ ਗਿਆ ਮੈਨੂੰ। ਉਸ ਤੋਂ ਬਾਅਦ ਪੁਲਿਸ ਮੌਕੇ 'ਤੇ ਆ ਗਈ ਜਦੋਂ ਬੁਲਾਈ? ਮੌਕੇ ਹਾਂ 9 ਵਜੇ ਆ ਗਈ ਸੀ ਪੁਲਿਸ। ਸਵੇਰੇ 6:30 ਵਜੇ ਪਤਾ ਲੱਗਿਆ ਸੀਗਾ, 9 ਵਜੇ ਆਈ ਹੈ ਪੁਲਿਸ। ਅਤੇ ਪੁਲਿਸ ਦਾ ਹੁਣ ਕੀ ਕਹਿਣਾ? ਉਹਨਾਂ ਨੇ ਜੇ ਗੱਲ ਕਰੀਏ MI ਸ਼ੋਰੂਮ 'ਚ ਦੱਸਿਆ ਜਾ ਰਿਹਾ ਕਿ CCTV ਫੁਟੇਜ ਦੀ ਕੋਈ ਸਾਹਮਣੇ ਆਈ ਹੈ ਫੁਟੇਜ ਕਿ ਜਿਹਦੇ ਵਿੱਚ ਕਿ ਦੋ ਚੋਰ ਜਿਹੜੇ ਦਿਸ ਰਹੇ ਨੇ। ਤਾਂ ਪੁਲਿਸ ਨੇ ਕੀ ਸ਼ਵਾਸ਼ਨ ਦਿੱਤਾ ਹੁਣ ਕਿੰਨੇ ਦਿਨ 'ਚ ਕਰ ਰਹੇ? ਕਹਿੰਦੀ ਹੈ ਕਿ 2-4 ਦਿਨ ਮਤਲਬ ਫੜ ਲੂੰਗੇ। ਹਾਂਜੀ, ਤੁਹਾਨੂੰ ਕਿਸੇ ਸ਼ੱਕ ਹੈ ਜਾਂ ਤੁਹਾਡੇ ਨਾਲ ਕਿਸੇ ਤਕਰਾਰ ਹੋਈ? ਨਹੀਂ, ਕਿਸੇ ਤੋਂ ਕੋਈ ਸ਼ੱਕ ਨਹੀਂ। ਅੱਛਾ, ਜੇ ਤੁਹਾਨੂੰ CCTV ਫੁਟੇਜ ਪੁਲਿਸ ਦਿਖਾਉਂਦੀ ਹੈ ਤੁਸੀਂ ਪਛਾਣ ਸਕਦੇ ਹੋ ਉਹਨਾਂ ਬੰਦਿਆਂ ਜੋ ਤੁਹਾਡੀ ਦੁਕਾਨ ਦੇ? ਮੇਰੇ ਕੋਲ ਤਾਂ ਹੈ ਹੀ ਨਹੀਂ ਜੀ, ਮੈਂ ਤਾਂ ਦੱਸ ਨਹੀਂ ਸਕਦਾ, ਮੈਨੂੰ ਪਤਾ ਨਹੀਂ। ਹਾਂਜੀ, ਪੁਲਿਸ ਕੋਲ ਹੀ ਹੈ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੱਸਿਆ ਕਿ ਜਿੱਥੇ ਡਰਾਈ ਫਰੂਟ ਲੈ ਕੇ ਗਏ ਨੇ ਉੱਥੇ ਨਾਲ ਦੀ ਨਾਲ 25-30 ਹਜ਼ਾਰ ਰੁਪਏ ਜਿਹੜਾ ਇਹਨਾਂ ਦੇ ਕਾਊਂਟਰ ਦੇ ਵਿੱਚ ਕੈਸ਼ ਸੀ ਉਹ ਵੀ ਜਿਹੜੇ ਚੋਰ ਉਡਾ ਕੇ ਲੈ ਗਏ ਨੇ। ਅਤੇ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਨੇ ਅਤੇ ਨਵੇਂ ਗਰਾਉਂ ਦੇ ਵਿੱਚ ਭਾਵੇਂ ਸਖਤਾਈ ਪੁਲਿਸ ਕਰ ਰਹੀ ਹੈ ਪਰ ਇਸ ਨੂੰ ਲੈ ਕੇ ਵਿੱਚ ਬਾਜ਼ਾਰ ਦੇ ਵਿੱਚ ਦੋ ਦੁਕਾਨਾਂ ਨੂੰ ਜਿਹੜਾ ਸ਼ਿਕਾਰ ਬਣਾਉਣਾ ਕਿਤੇ ਨਾ ਕਿਤੇ ਹੁਣ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦੇ ਵੀ ਸਵਾਲ ਖੜ੍ਹੇ ਹੁੰਦੇ ਨੇ ਅਤੇ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਪੁਲਿਸ ਉਹਨਾਂ ਚੋਰਾਂ ਨੂੰ ਕਿੰਨੀ ਕੁ ਜਲਦੀ ਜਿਹੜਾ ਆਪਣੇ ਸਲਾਖਾਂ ਦੇ ਪਿੱਛੇ ਲੈ ਕੇ ਜਾਂਦੀ ਹੈ। ਅਤੇ ਦੂਜੇ ਪਾਸੇ ਹੁਣ ਨਵਾਂ ਗਰਾਉਂ ਦੇ SH ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੂੰ ਇਸ ਮਾਮਲੇ 'ਤੇ ਕੀ ਕਾਰਵਾਈ ਕਰ ਰਹੇ ਨੇ। ਇਸ ਮਾਮਲੇ ਨੂੰ ਲੈ ਕੇ ਅਸੀਂ ਜਦੋਂ ਨਵਾਂ ਗਰਾਉਂ ਦੇ SHO ਅਨਿਲ ਕੁਮਾਰ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਚੋਰੀ ਦਾ ਮਾਮਲਾ ਦਰਜ ਕਰ ਲਿਆ ਅਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਕੋਲ CCTV ਫੁਟੇਜ ਵੀ ਹੱਥ ਲੱਗੀ ਹੈ ਜਿਸ ਦੇ ਵਿੱਚ ਕਿ ਚੋਰਾਂ ਦੀ ਫੋਟੋ ਵੀ ਜਿਹੜੀ ਕੈਦ ਹੋ ਗਈ ਹੈ ਅਤੇ ਜਲਦੀ ਹੀ ਜਿਹੜੇ ਆਰੋਪੀ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ।